بسم الله الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين صراط المستقيم صراط أنعمت عليهم غير المغضوب عليهم ولا الضالين اللهم بس ثواب هذه السورة وهذا المجلس إلى أرواح المؤمنين والمؤمنات وجعل الجنة مسواهم واشر مع النبي والآئمة الطيبين الطاهرين المعصومين رب صل على محمد وآل محمد صلوات بر محمد وآل أعوذ بالله من الشيطان الرجيم بسم الله الرحمن الرحيم صلوات اجازت میں آغاز کر بنیادی طور سبم اور کلخانی دی مجلس دعا واسطے ہوندی بھائی جڑیاں دعائیں رہ گئی ہونیاں یا کچھ معرفت والے لوگ محرم ہیں صرف پرسا دین تے دعائیں اختتام تے آپ منگ بھائی جا دے ہاڑے مخصوص مکان واسطے اشرا مک ویسی تو پھر اپنی ارضیاں آل محمد دی بارگاہ داخل کر ویسے تو دوجا یہ جڑی 13 دی مجلس ہے یہ محرم تو پہلے شاہ صاحب دے والد مرحوم دے عیسیٰ علیہ السلام واسطے ایویں نہ حضور بخش شاہ صاحب دی پرسی دی مجلس ہوندی ہے پھر انہاں دیاں روحاں کو کوئی عزاداری نال اتنی محبت آئی جو او 13 نال پورا محرم شامل ہو گیا ایویں نہیں تھے پہلے 13 تو اجتماع کافی سارے میں چاہنا جو امکانی حد تک میں پاک ذکر پاری نظر کرنے ہوں دعائیں منگیاں بھی حصے بھائی اختتام تھے بھی منگ سوچا ثوابت مقدسہ قبول کوئی نبی بھی اپنی پوری اولاد تے ناز نہیں کرتا بسم اللہ چلو میں لفظ بدل کے چاہتا کہیں نبی دی بھی ساری اولاد اس قابل نہیں جو والدین فخر کریں کچھ لائق فخر ہیں کچھ لائق فخر نہیں سیانے لوگوں کی کتاب شہر کے لوگوں نے مجلس میں پڑھتا بیٹھا تو اب تک گھٹی عزاداری ہے مظلوم کربلا دا تو سب بڑے بڑے آسمان کامت صاحبان علم کو سن دے میں آج کر آدم نبی حابیل تے فخر کریں دے قابیل تے نہیں کریں دے کیا سنا ہوئے میں کیا عرض کیتا ہے ایمی گال ہے یا نہیں قابیل باپ دے ناز دے قابل ہے بولو نا صحیح قابیل ہے ناز دے قابل شاید تو قابیل حابیل دپتے ہی نہیں میرا خیال او بھائی دو ہیں آدم دے پترن قابیل نے حسد چاہ کے سکے بھیرا کو قاتل کر دیتا اچھا یہ اگے دعا واسطے آئی تو ہن ایک مسئلہ پوچھا ہے
ਵੀ ਨਮਾਜ਼ 'ਚ ਮੌਲਾ ਦੀ ਗਵਾਹੀ ਹੋਣੀ ਚਾਹੀਦੀ ਜਾਂ ਕੋਈ ਨਾ? ਬਾਈ ਅਲੀ ਦੀ ਵਿਲਾ ਨਹੀਂ ਤਾਂ ਨਮਾਜ਼ ਹੀ ਨਹੀਂ। ਭਾਈ ਮਜਲਿਸ ਮੈਂ ਸਿਆਣੇ ਲੋਕਾਂ ਨੂੰ ਪੜ੍ਹਦਾ ਬੈਠਾ, ਦੀਨ ਕਿਹੜੀ ਸ਼ੈ ਨਾਲ ਮੁਕੰਮਲ ਹੋਏ? ਅੱਛਾ ਚਲੋ, ਵੱਡੇ ਬੰਦਿਆਂ ਨੂੰ ਤਾਂ ਪਤਾ, ਇਹਨਾਂ ਬੱਚਿਆਂ ਕੋਲ ਸ਼ਾਇਦ ਨਾ ਹੋਵੇ, ਛੋਟੇ ਬੱਚਿਆਂ ਕੋਲ ਦੀਨ ਕਿਹੜੀ ਜਾ ਮੁਕੰਮਲ ਹੋਏ? ਗਦੀਰ 'ਤੇ ਕਿਹੜੀ ਸ਼ੈ ਨਾਲ? ਨਮਾਜ਼ ਪਹਿਲੇ ਰਸੂਲ ਦੱਸ ਚੁੱਕੇ ਹਨ, ਇਹ ਨਹੀਂ ਜੋ ਅੱਜ ਨਮਾਜ਼ ਦਾ ਐਲਾਨ ਤੇ ਦੀਨ ਮੁਕੰਮਲ ਹੋਇਆ। ਸਾਰੇ ਨਮਾਜ਼ੀ ਹਨ, ਰੋਜ਼ੇ ਦਾ ਪਤਾ ਨੇ, ਰੱਖਦੇ ਨੇ, ਅੱਜ ਤਾਜ਼ਾ ਕਰਕੇ ਆਏ ਖੜੇ ਹਨ। ਹੋਣ ਦੇ ਬਾਵਜੂਦ ਦੀਨ ਨਾ ਮੁਕੰਮਲ ਹੈ। ਵਿਲਾਏ ਅਲੀ ਦਾ ਐਲਾਨ ਹੋਇਆ, ਦੀਨ ਹੀ ਕੁਲੀਅਤ ਤੇ ਜਾਮਈਅਤ ਤੇ ਅਫਾਕੀਅਤ ਦਾ ਨਾਮ ਹੈ। ਨਮਾਜ਼ ਤਾਂ ਦੀਨ ਦਾ ਇੱਕ ਸ਼ਾਖ ਹੈ, ਇੱਕ ਜੁਜ਼ ਹੈ। ਜੇ ਅਲੀ ਬਗੈਰ ਕੁੱਲ ਮੁਕੰਮਲ ਨਹੀਂ ਹੋ ਸਕਦੀ, ਉਸ ਅਲੀ ਬਗੈਰ ਜੁਜ਼ ਕਿਵੇਂ ਮੁਕੰਮਲ ਹੋ? ਸਲਾਮ ਹੈ, ਬੇਹੁਬ ਅਹਿਲ ਬੈਤ ਇਬਾਦਤ ਹਰਾਮ। ਆਦਮ ਦਾ ਇੱਕ ਬੇਟਾ ਮਕਤੂਲ, ਇੱਕ ਹਿੰਦ ਤਦੋਂ ਹੈ ਪੁੱਤਰ ਆਦਮ ਮਕਤੂਲ ਤੇ ਨਾਜ਼ ਕਰੇਂਦੇ ਕਾਤਿਲ ਤੇ, ਮਾਲੂਮ ਹੋਇਆ ਆਦਮ ਵੀ ਸਾਰੀ ਔਲਾਦ ਤੇ ਨਾਜ਼, ਹਾਲਾਂਕਿ ਨਬੀ ਦੇ ਪੁੱਤਰ। ਅੱਛਾ ਅੱਛਾ, ਨੂਹ ਦੇ ਚਾਰ ਪੁੱਤਰ, ਸਾਮ, ਹਾਮ, ਯਾਫਿਸ, ਕਨਾਨ। ਪਹਿਲੇ ਤਰੀ ਤੇ ਨਾਜ਼ ਕਰਨ ਦੇ ਫਰਮਾਨ ਬਰਦਾਰ ਹੈ, ਚੌਥਾ ਨਾ ਫਰਮਾਨ ਤੇ ਆ, ਬੁੱਢ ਕੇ ਬੁੱਢ ਕੇ ਬੋਲ ਪਵੋ ਗਲਾ, ਮਰ ਗਿਆ, ਗਰਕ ਹੋ ਗਿਆ। ਨੂਹ ਫਰਮਾਨ ਬਰਦਾਰਾਂ ਤੇ ਨਾਜ਼ ਕਰਨ ਦੇ ਨਾ ਫਰਮਾਨ ਤੇ ਕਿਆ ਸੁਣਦੇ ਬੇਟੇ? ਯਾਨੀ ਨੂਹ ਦੀ ਵੀ ਸਾਰੀ ਔਲਾਦ ਫਖਰ ਤੇ ਨਾਜ਼ ਦੇ ਕਾਬਿਲ, ਬੋਲੋ ਤਾਂ ਸਹੀ ਆ। ਠੀਕ ਹੈ, ਠੀਕ ਹੈ। ਅੱਛਾ, ਯਾਕੂਬ ਦੇ ਬਚੜੇ, ਹਿੰ ਤੋ ਸਾਰੇ ਯਾਕੂਬ ਦੇ, ਯੂਸਫ ਤੇ ਨਾਜ਼ ਕਰੇਂਦੇ, ਮੇਰਾ ਲਾਇਕ ਪੁੱਤਰ, ਮੇਰੇ ਸਾਹਿਬ ਵਕਾਰ ਪੁੱਤਰ, ਮੇਰੇ ਵਸਤੇ ਇੱਜ਼ਤ ਦਾ ਬਾਇਸ ਪੁੱਤਰ, ਜਿਨ੍ਹਾਂ ਵੱਡਾ ਯੂਸਫ ਕੋ ਖੂਹ ਸੱਟੇ ਥੱਪਾ ਮਾਰੀਆਂ ਨੇ,
ਉਹਨਾਂ 'ਤੇ ਪਿਓ ਨਾਜ਼। ਮੈਂ ਤੁਹਾਡਾ ਵਕਤ ਬਚਾਵਾਂ, ਵਕਤ ਬੜਾ ਕੀਮਤੀ ਹੈ। ਕੋਈ ਨਬੀ ਕੋਈ ਰਸੂਲ ਆਪਣੀ ਸਾਰੀ ਔਲਾਦ 'ਤੇ ਨਾਜ਼ ਨਹੀਂ ਕਰ ਸਕਦਾ, ਕੁਝ ਲਾਇਕ ਕੁਝ ਕਮਜ਼ੋਰ। ਸੁਬਹ ਅਜ਼ਲ ਤੋਂ ਗਿਣ ਕੇ ਸ਼ਾਮ ਅਬਦ ਤੱਕ ਪੂਰੀ ਕਾਇਨਾਤ ਆਲਮ ਵਿੱਚ ਉਹ ਹਸਤੀ ਏ ਹੁਸੈਨ ਇਬਨ ਅਲੀ, ਜਿਹਦੇ ਘਰ ਵਿੱਚ ਜਿਤਨੀ ਔਲਾਦ ਏ ਸਾਰੇ ਪੁੱਤਰਾਂ 'ਤੇ ਹੀ ਹੁਸੈਨ ਨਾਜ਼ ਕਰਨ ਦੇ, ਸਾਰੀਆਂ ਬੇਟੀਆਂ 'ਤੇ ਹੀ ਹੁਸੈਨ ਨਾਜ਼। ਜੁਮਲਾ ਪਚਾ ਗਏ ਵੇ ਤੁਸੀਂ, ਥੱਕ ਗਏ ਅਲੀ ਅਲੀ ਕਰਕੇ। ਕਿ ਹੁਸੈਨ ਉਹ ਹਸਤੀ ਜਿਹਦੀ ਹਵੇਲੀ ਵਿੱਚ, ਜਿਹਦੇ ਬੈਤੋ ਸ਼ਰਫ ਵਿੱਚ ਜਿਤਨੀ ਔਲਾਦ ਹੈ, ਪੁੱਤਰ ਚਾਹੇ ਬੇਟੀਆਂ, ਪੁੱਤਰੀ ਸਾਰੇ ਨਾਜ਼ ਦੇ ਕਾਬਿਲ, ਧੀਏ ਕਿਆ ਸੁਣਾ ਬਈ ਯਾਰ ਜੀ, ਸਾਰੀਆਂ ਨਾਜ਼ ਦੇ ਕਾਬਿਲ। ਪੁੱਤਰਾਂ ਹੀ ਹੁਸੈਨ ਦਾ ਸਰਫ ਬੁਲੰਦ ਕੀਤਾ, ਬੇਟੀਆਂ ਹੀ ਦੀਨ ਦੀ ਇਹੋ ਜਿਹੀ ਖਿਦਮਤ ਕੀਤੀ। ਨਾ ਨਾ ਹੁਣੇ ਦੱਸੋ ਚਾ, ਮੂਡ ਕੋਈ ਨਹੀਂ ਹੋਏ ਤਾਂ ਦੱਸੋ ਚਾ। ਦਲੀਲ ਦੇਵ, ਦਲੀਲ ਮਿਹਰਬਾਨੀ ਕਰੋ ਦਲੀਲ ਦੇਵ ਕਿ ਵਾਹਿਦ ਹੁਸੈਨ ਜਿਹਦੀ ਸਾਰੀ ਔਲਾਦ ਲਾਇਕ, ਬਲਕਿ ਸਿਰਫ ਹੁਸੈਨ ਨਹੀਂ, ਹੁਸੈਨ ਦੀ ਐਸੀ ਔਲਾਦ ਹੈ ਜਿਹਦੇ ਉੱਤੇ ਕਾਇਨਾਤ ਨਾਜ਼ ਕਰੇਗੀ। ਦਲੀਲ ਦੇਵਾਂ, ਪਹਾੜ ਤੋਂ ਵਧਣੀ ਦਲੀਲ ਹੈ, ਹੁਸੈਨ ਦੀ ਸਾਰੀ ਔਲਾਦ ਨਾਜ਼ ਤੇ ਫਖਰ ਦੇ ਕਾਬਿਲ ਹਾਈ ਤਾਂ ਹੁਸੈਨ ਸਾਰੇ ਪੁੱਤਰਾਂ ਦਾ ਨਾਮ ਅਲੀ ਰੱਖੇ, ਚਾ ਸਾਰੀਆਂ ਧੀਆਂ ਦਾ ਨਾਮ ਮਾਂ ਦੇ ਨਾਮ ਤੇ ਮੁੰਤਕ। ਤਵੱਜੋ ਹੈ, ਲਾਇਕ ਹਿੰਦ ਕਾਬਿਲ ਫਖਰ ਹਿੰਦ ਤੋ ਹੁਸੈਨ ਸਾਰੇ ਪੁੱਤਰਾਂ ਦਾ ਨਾਮ। ਇਸ ਤੋਂ ਵਧਣੀ ਕਿਆ ਦਲੀਲ ਹੋ ਸਕਦੀ ਹੈ, ਹੁਸੈਨ ਦੀ ਔਲਾਦ ਦੇ ਬਾ ਕਮਾਲ ਹੋਣ ਦੀ, ਸਾਰੀਆਂ ਬੇਟੀਆਂ ਮਾਂ ਦੇ ਹਮ ਨਾਮ ਨੇ। ਔਰ ਇੱਕ ਬਈ ਗੱਲ ਹੀ ਵੇ, ਅਸਾਂ ਤਕਲਫਾਤ ਕਰੇ ਹੈ ਚਾ ਕਹਿ ਦੋ ਨਾ, ਬਾਲ ਅਜਾ ਟੁਰ ਨਹੀਂ ਸਕਦਾ ਤੇ ਮਾਂ ਦੀ ਮੇਰਾ ਸ਼ੇਰ ਹੈ, ਇੱਥੇ ਮੁਹੱਬਤ ਆਉਂਦੀ ਹੈ, ਮੁਹੱਬਤ ਨੂੰ ਮਜਬੂਰ ਕਰੇ। ਹਾਲਾਂਕਿ ਤੂੰ ਬਜ਼ਾਰ ਟੁਰ ਹੀ ਨਹੀਂ ਸਕਦਾ, ਸ਼ੇਰ ਕਿੱਥੋਂ ਹੈ, ਤਵੱਜੋ ਨਹੀਂ ਫਰਮਾਈ, ਕਾਲਾ ਕਟਵਾ ਬੱਚਾ ਮਾਂ ਦੀ ਚੰਨ ਇੱਥਾਂ ਮੁਹੱਬਤ ਹੈ, ਉਹ ਮਾਂ ਦੀ ਅੱਖ ਨਾਲ ਦੇਖਦੀ ਹੈ ਨਾ। ਆਲ ਮੁਹੰਮਦ ਇਹ ਤਕੱਲਫਾਤ ਨਹੀਂ ਕਰਨ ਦੇ ਨਾਮ ਰੱਖਣ ਚ, ਜਿਹੋ ਜਿਹੀ ਹਸਤੀ ਹੋਵੇ ਉਹੋ ਜਿਹਾ ਨਾਮ ਲੈਣਾ। ਹੁਸੈਨ ਸਾਰੇ ਪੁੱਤਰਾਂ ਦੇ ਪੈਕਰ ਚ ਅਲੀ ਡਿੱਠੇ ਤੋਂ ਨਾਮ ਅਲੀ ਰੱਖਾ ਸੀ। ਨਾ 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 ਛੜੀ ਰਿਸ਼ਤਿਆਂ ਦੀ ਮੁਹੱਬਤ ਨਹੀਂ,
ਸਿਰਫ ਪਿਤਰੀ ਮੁਹੱਬਤ ਜੋਸ਼ ਚ ਨਹੀਂ ਹੁਸੈਨ ਡਿੱਠੇ ਜੋ ਇਹ ਵਾਕਿਆ ਅਲੀ ਹਿੰਨ ਇਹ ਵਾਕਿਆ ਆਪਣੀ ਡਾਡੀ ਪਾਕ ਦੀ ਤਸਵੀਰ ਹਿੰਨ ਤਵੱਜੋ ਇਹ ਇੱਥੇ ਸਿਰਫ ਪਿਤਰੀ ਮੁਹੱਬਤ ਨਾ ਸਮਝਾਏ ਰਿਸ਼ਤਿਆਂ ਵਾਲੀ ਕਿਆ ਸੁਣਦੇ ਬੈਠੇ ਹੋ ਹੁਜਤ ਇਹਨਾਂ ਚੀਜ਼ਾਂ ਕੋਲ ਬੇਨਿਆਜ਼ ਹੁੰਦੀ ਹੈ ਡਿਸਟਰਬ ਹੁੰਦੇ ਪਏ ਮੇਰੇ ਖਿਆਲ ਅੱਛਾ ਚਲੋ ਮੈਂ ਮਜ਼ੀਦ ਮੁਖਤਸਰ ਮੁਕਮਲ ਕਰ ਦਿੰਦਾ ਨਾ ਤੁਹਾਡੀ ਤਕਲੀਫ ਖਤਮ ਕਰਾਂਗਾ ਮੈਂ ਪੂਰੀ ਤਵੱਜੋ ਲੂੰ ਦੋਸਤੋ ਕੋਈ ਨਬੀ ਆਪਣੀ ਸਾਰੀ ਔਲਾਦ 'ਤੇ ਨਾਜ਼ ਬੋਲੋ ਵਾਹਿਦ ਹੁਸੈਨ ਜਿਹੜੇ ਸਾਰੇ ਪੁੱਤਰਾਂ 'ਤੇ ਵੀ ਨਾਜ਼ ਕਰ ਸਾਰੀਆਂ ਬੇਟੀਆਂ 'ਤੇ ਵੀ ਔਰ ਇਸ ਕਾਬਿਲ ਫਖਰ 'ਤੇ ਪਹਿਲਾ ਹੁਸੈਨ ਦਾ ਸਭ ਤੋਂ ਬੜਾ ਬੇਟਾ ਜਿਹੜਾ ਆਕਾ ਦੀ ਦਸਤਾਰ ਦਾ ਵਾਰਿਸ ਦਸਤਾਰ ਏ ਸਿਆਦਤ ਦਾ ਨਾ ਦਸਤਾਰ ਏ ਇਮਾਮਤ ਦਾ ਵੀ ਸਿਆਦਤ ਦਾ ਵੀ ਇਮਾਮਤ ਦਾ ਵੀ ਕਿਆ ਨਾਮ ਇਹਨੇ ਅਲੀ ਜ਼ੈਨੁਲ ਆਬਦੀਨ ਅਲੀ ٹھیک ہے جی کیا مطلب کیا مانے زین العابدین ہیں نہ 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 زین العبادت تن نہیں اے زین العابدین ਜੱਡਾਂ ਜਿਤਨੀ ਇਬਾਦਤ ਕੀਤੀ ਏ ਉਹਨਾਂ ਦੀ ਜ਼ੀਨਤ ਸੱਜਾ ਨਬੀ ਇਬਾਦਤ ਕਰੇ ਨੇ ਬੋਲੋ ਆਬਦ ਹਿੰਦ ਜ਼ੈਨੁਲ ਆਬਦੀਨ ਨਹੀਂ ਰਸੂਲ ਆਬਦ ਹਿੰਦ ਜ਼ੈਨੁਲ ਆਬਦੀਨ ਵਸੀ ਵਲੀ ਆਬਦ ਹਿੰਦ ਜ਼ੈਨੁਲ ਆਬਦੀਨ ਫਰਿਸ਼ਤੇ ਆਬਦ ਹਿੰਦ ਜ਼ੈਨੁਲ ਆਬਦੀਨ ਇਹ ਤੇਰਾ ਗਾਜ਼ੀ ਖਾਨ ਦੇ ਸ਼ੀਆ ਗਏ ਅੱਲਾਹ ਕੋਲ ਜੋ ਸਾਡੇ ਇਮਾਮ ਦਾ ਨਾਮ ਤੂੰ ਜ਼ੈਨੁਲ ਆਬਦੀਨ ਰੱਖ ਨੌਜ਼ੁ ਬਿੱਲਾ ਉਹ ਕੋਈ ਸਾਡੇ ਮਸ਼ਵਰਾਂ ਦਾ ਮੁਹਤਾਜ ਪਾਬੰਦ ਹੈ ਨਾ ਆਦਮ ਦਾ ਲਕਬ ਜ਼ੈਨੁਲ ਆਬਦੀਨ ਕਹੇ ਨਬੀ ਰਸੂਲ ਦਾ ਲਕਬ ਦਿਖਾ ਮੂੰਹ ਮੰਗਾ ਇਨਾਮ ਦੇ ਸਾਈ ਕਿਆ ਸੁਣੇ ਜੀ ਮੋਹਸਿਨ ਸ਼ਾਹ ਪਹਿਲੇ ਸੁਨਤ ਕਿਤਾਬਾਂ 'ਚ ਰਿਵਾਇਤ ਹੈ ਕਿ ਜਿਹੜੇ ਮੈਦਾਨ ਮਾਸ਼ਰ ਹੋ ਸੀ ਨਾ ਤੇ ਹਰ ਨਬੀ ਰਸੂਲ ਆਪਣੀ ਕੁਰਸੀ 'ਤੇ ਬਹਿ ਗਏ ਸੀ ਉਸ ਵੇਲੇ ਹਿਜਾਬ ਕੁਦਰਤ 'ਚ ਆਵਾਜ਼ ਸੀ ਆਇਨਾ ਆਇਨਾ ਜ਼ੈਨੁਲ ਆਬਦੀਨ ਸਾਰੇ ਬਹਿ ਗਏ ਹੋ ਅਜਾ ਜ਼ੈਨੁਲ ਆਬਦੀਨ ਨਹੀਂ ਆਇਆ ਮੇਰੀਆਂ ਮਜਲਸਾ ਤੇਰੇ ਈਮਾਨ ਕੋ ਮਜ਼ਬੂਤ ਕਰੇ ਸਨ ਕਮਜ਼ੋਰ ਨਾ ਕਰੇ ਸਨ ਮੈਂ ਕਹਿੰਦੇ ਈਮਾਨ ਦਾ ਚੋਰ ਨਹੀਂ ਮੈਂ ਅਕੀਦੇ ਦਾ ਡਾਕੂ ਨਹੀਂ ਬਈ ਪੂਰੀ ਤਵੱਜੋ ਹੀ ਮੰਦੋ ਇਹਨਾਂ ਨੇ ਹਿਜਾਬ ਕੁਦਰਤ ਵਿੱਚ ਆਵਾਜ਼ ਆ ਸੀ ਨਾ ਜੋ ਸਾਰੇ ਆ ਗਏ ਉੱਥੇ ਜ਼ੈਨੁਲ ਆਬਦੀਨ ਇਬਾਦਤ ਕਰਨ ਸੀ ਨਾ ਸਭ ਲੱਖ ਨਬੀ 313 ਰਸੂਲ ਸੱਜੇ ਖਬਰੇ ਕਿ ਇੱਕ ਬੇਕੁਲ ਪੁੱਛਣ ਨਬੀ ਤੋਂ ਸਾਰੇ ਆ ਗਏ ਰਸੂਲ ਤੋਂ ਸਾਰੇ ਆ ਗਏ ਇਸ ਜ਼ੈਨੁਲ ਆਬਦੀਨ ਕੌਣ ਹੈ ਜ਼ਿਆਰਤ ਕਰੋ ਉਹ ਕੌਣ ਹੈ ਜੇ ਅੱਲਾਹ ਪਿਆ ਤੇ ਜ਼ੈਨੁਲ ਆਬਦੀਨ ਨਹੀਂ ਆਇਆ ਆਪਣੀ ਮਸਨਦ ਤੇ ਜਿਹੜੇ ਸਾਰੀਆਂ ਨਿਗਾਹੀ ਹਿਜਾਬ ਵਕਤ ਦੇ ਪਾਸੇ ਲੱਗਦੇ ਨਾ ਜੋ ਦੇਖੂ ਉਹ ਕੌਣ ਹੈ ਅਹਿਲੇ ਸੁਨਤ ਨੇ ਆਪਣੀਆਂ ਕਿਤਾਬਾਂ ਲਿਖੀਆਂ ਅਚਾਨਕ ਪਰਦਾ ਹਟ ਸੀ ਚੌਥਾ ਇਮਾਮ ਦਾ ਆਵਾਜ਼ ਆ
ਅਸੀਂ ਹਾਜ਼ਾ ਜ਼ੈਨੁਲ ਆਬਦੀਨ ਹਾਜ਼ਾ ਜ਼ੈਨੁਲ ਆਬਦੀਨ ਇਹ ਜ਼ੈਨੁਲ ਆਬਦੀਨ ਬੈਠੇ ਹੋ ਲੱਗੇ ਗਏ ਹੋ ਕਿਹੋ ਜਿਹਾ ਇਮਾਮ ਦਿੱਤੇ ਨੇ ਅੱਲਾਹ ਤੋਂ ਬੋਲੋ ਤਾਂ ਸਹੀ ਐਸੇ ਇਮਾਮ ਅੱਛਾ 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 ਇਹ ਮਾਨਾ ਕਿਆ ਹੈ ਜ਼ੈਨੁਲ ਆਬਦੀਨ ਜ਼ੈਨ ਦਾ ਮਾਨਾ ਖੂਬਸੂਰਤੀ ਹੁਸਨ ਜ਼ਿਬਾਇਸ਼ ਆਰਾਇਸ਼ ਸਜਾਵਟ ਯਾਨੀ ਇਬਾਦਤ ਕਰਨ ਵਾਲਾਂ ਦੀ ਇਬਾਦਤ ਹੈ ਚੂੰ ਸਜਾਦ ਕੋ ਅਲਹਿਦਾ ਚ ਕਰੋ ਤਾਂ ਉਹਨਾਂ ਦੀ ਇਬਾਦਤ ਦੀ ਖੂਬਸੂਰਤੀ ਨਹੀਂ ਰਹਿੰਦੀ ਕਿਆ ਸੁਣਾ ਵੇ ਨਬੀਆਂ ਰਸੂਲਾਂ ਤੇ ਪੂਰੀ ਕਾਇਨਾਤ ਦੇ ਸਜਦੇ ਕਰਨ ਵਾਲਾਂ ਦੀ ਖੂਬਸੂਰਤੀ ਤਾਂ ਹੁੰਦੀ ਹੈ ਇਬਾਦਤ ਵਿੱਚ ਜੇ ਸੱਚਾ ਦੀ ਮੁਹੱਬਤ ਹੋਵੇ ਹੁਣ ਮੈਂ ਕੋ ਤੁਹਾਡੇ ਮੰਤਕ ਤੇ ਫਲਸਫੇ ਦੀ ਸ਼ੀਓ ਅੱਜ ਤੱਕ ਸਮਝ ਨਾ ਆਈ ਪੋਤਰੇ ਦੇ ਬਗੈਰ ਕਹੇ ਇਬਾਦਤ ਗੁਜ਼ਾਰ ਦੀ ਇਬਾਦਤ ਸੋਹਣੀ ਨਹੀਂ ਥੀਂਦੀ ਡਾਡੇ ਦੇ ਨਾਂ ਚਾਵਣ ਨਾਲ ਬਾਤਲ ਥੀ ਵੈਂਦੀ ਹੈ ਮੇਰੀ ਸਮਝ ਵਿੱਚ ਹੱਥ ਬੁਲੰਦ ਕਰਕੇ ਖਦੀਰੀ ਨਾਰਾ ਹੈ ਪੋਤਰਾ ਜ਼ੀਨਤ ਉਹ ਕੋਈ ਸਮਝ ਆਈ ਵੇ ਨਾ 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 ਕਹੇ ਕੋਲ ਪੁੱਛੇ ਜਾ ਬਈ ਜ਼ੈਨੁਲ ਆਬਦੀਨ ਲਫ਼ ਦਾ ਮਾਨਾ ਕਿਆ ਹੈ ਇਬਾਦਤ ਕਰਨ ਵਾਲਾਂ ਦਾ ਹੁਸਨ ਇਬਾਦਤ ਕਰਨ ਵਾਲਾਂ ਦਾ ਸੁਣਾਪ ਤਵੱਜੋ ਹੈ ਪੋਤਰਾ ਸੁਣਾਪੇ ਯਾਰੇ ਅੱਛਾ ਇੱਕ ਜੁਮਲਾ ਆ ਕੇ ਤੁਹਾਡੀ ਨਜ਼ਰ ਕਰ ਦੇ ਬੱਚੇ ਨਾ ਸ਼ੋਰ ਨਾਲ ਤਾਂ ਇਬਾਦਤ ਕਮਜ਼ੋਰ ਥੀ ਵੈਂਦੀ ਤੀਨੇ ਨਹੀਂ ਬਈ ਇੱਕ ਇੱਕ ਜੁਮਲਾ ਅਰਜ਼ ਕਰਦੇ ਹਾਂ ਭਲੇ ਸਾਰਿਆਂ ਦਾ ਮੂਡ ਹੋਵੇ ਤਾਂ ਚੌਥੀ ਸਰਕਾਰ ਦਾ ਜੁਮਲਾ ਕਰਦੇ ਹਾਂ ਅਰਜ਼ ਸ਼ਹਿਰ ਦੇ ਲੋਕ ਉਹ ਤਾਂ ਪਤਾ ਲੱਗੇ ਜਿਵੇਂ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਦੇ ਹੀ ਭੁੱਲ ਕੇ ਹੀ ਨਾ ਖਾਏ ਜੋ ਈਸ਼ਾਨ ਦੇ ਲੋਕਾਂ ਦੇ ਕਹਿਦੀ ਹਨ ਇਹ ਸਿਰਫ ਰਜ਼ਾਏ ਇਲਾਹੀ ਦੇ ਮੁਤਲਾਸ਼ੀ ਸ਼ਾਮ ਦੇ ਲੋਕਾਂ ਦੀ ਖੇੜੀ ਵੇਲੀ ਹੈ ਨਾ 3 'ਚ ਨਾ 13 'ਚ ਨਾ ਸਾਬਕਾ ਨਾ ਲਾਇਕਾ ਨਾਲੀ ਦੇ ਕੀੜੇ ਨਾ ਪਹਿਚਾਣ ਨਾ ਸ਼ਨਾਖਤੀ ਕਾਰ ਕਿਆ ਸੁਣਦੇ ਬੇਟੇ ਮੈਂ ਕਿਆ ਪੁੱਛਦਾ ਇਹਨਾਂ ਦੀ ਕਿਆ ਵੈਲਿਊ ਹੈ ਹੁਜਤ ਇਲਾਹੀਆਂ ਕੋ ਕੈਦ ਕਰਨਾ ਰਿਦਾ ਇਲਾਹੀ ਹੈ ਜੁਮਲੇ ਤੋਂ ਲੁਤਫ ਗਿਣਾ ਹੈ ਕੁਰਾਨ ਦੀ ਕਸਮ ਹੈ ਤੋ ਖਾਬ ਵਿੱਚ ਆਸੀ ਤੇ ਤੁਸੀਂ ਅਲੀ ਅਲੀ ਚੌਥੀ ਸਰਕਾਰ ਸ਼ਾਮ ਕਦਮ ਰੱਖ ਤਵੱਜੋ ਜਿਵੇਂ ਮੁਸਲਮਾਨ ਕਿਨ ਗਏ ਨੋ ਤੁਹਾਡੇ ਸਾਹਮਣੇ ਹੈ ਤੌਕ ਬੇੜੀਆਂ ਖੜੀਆਂ ਗੌਰ ਫਰਮਾਏ ਦੁਨੀਆ ਹੈ ਨਾ ਦੁਨੀਆ ਦੁਨੀਆ ਸਮਝੇ ਨੀ ਜਿਹੜੀ ਦੁਨੀਆ ਕੋ ਮੌਲਾ ਅਲੀ ਤਲਾਕ ਦਿੱਤੀ ਹੈ ਅਲੀ ਦੁਨੀਆ ਕੋ ਤਲਾਕ ਦਿੱਤੀ ਹੈ ਔਰ ਪੱਕੀ ਤਲਾਕ ਦੇਣ ਦੇ ਵਿੱਚ ਕੋਈ ਮਨੇਵੇ ਦੀ ਗੁੰਜਾਇਸ਼ ਹੈ ਤਲਾਕ ਕਤਈ ਨਾ ਉਹ ਦੁਨੀਆ ਦੁਨੀਆ ਦੁਲਹਨ ਬਣ ਕੇ ਨਾ ਜ਼ੇਵਰਾਂ ਨਾਲ ਲੜੀ ਕੇ ਪੂਰੇ ਮੇਕਅਪ ਤਵੱਜੋ ਜਿਵੇਂ ਦੁਲਹਨ ਹੁੰਦੀ ਹੈ ਯਾਰ ਚੌਥੀ ਸਰਕਾਰ ਦੇ ਸਾਹਮਣੇ ਆ ਖੜੀਏ ਬਾਜ਼ਾਰ ਸ਼ਾਮ ਜਿਹੜੇ ਸਰਕਾਰ ਜ਼ਹਿਰਨ ਕੈਦ ਹੈ ਸਰਕਾਰ ਦੇ ਸਾਹਮਣੇ ਆ ਕੇ ਨਾ ਔਰਤ ਦੀ ਸ਼ਕਲ ਵਿੱਚ ਪੂਰੇ ਸ਼ਹਿਰ ਤੇ ਬਾਜ਼ਾਰ ਤਾਂ ਇਹੋ ਡਿੱਠੇ ਜੀ ਇਹ ਸ਼ਾਮ ਦੀ ਕੋਈ ਔਰਤ ਹੈ ਸਰਕਾਰ ਕੋ ਤਾਂ ਪਤਾ ਹਾ ਇਹ ਦੁਨੀਆ ਔਰਤ ਦੇ ਰੂਪ ਵਿੱਚ ਹੈ ਇਹਦੇ ਅੰਦਰ ਦੁਨੀਆ ਹੈ ਸਰਕਾਰ ਬੜੀ ਬੇਨਿਆਜ਼ੀ ਨਾਲ ਫਰਮਾਉਂਦੇ ਨੇ ਦੁਨੀਆ ਹੈ ਸ਼ਾਬਾਸ਼ ਸ਼ਾਬਾਸ਼ ਭਾਈ ਲੁਤਫ ਗਿਨ ਆਪ ਤਾਂ ਪੂਰੀ ਤੋਂ
بڑی بے نیازی نال فرمائیں بڑی دنیا ہے دنیا دی سنیان کی تے فرمایا میں امام نہ سارے تے میں کو عورت سمجھے دیکھ رہے ہیں تو پتہ لگے میں عورت دے روپ وچ دنیا آقا فرمائے دے وقت کہندے نال فراڈ کرن آئی ودی حالت وچ تو شام دے محل وچ ونج بس ہائے ہائے تیری پسندیدہ جا تے شامیاں دے محل ہن اے تو اچھا وقت کہیں کو ٹھگن آئی ودی واکھے جی میں تواڈے کول آئی ہاں تے تواڈیاں تکلیفاں میرے کول برداشت نہیں تھیندیاں تواڈے دادے میں کو جڑے دین دی طلاق دتی ہے میری کوئی چھا رہی نہیں بھائی پوری توجہ نا علی میں کو تھتکارے میں تیری منت کرندیاں اگر تو میں کو قبول کر جانا چوتھے امام کو دنیا پہ جا دیے عورت بن کے میں تیریاں قیداں تکلیفاں مصیبتاں کڑیاں توک بیڑیاں ہر شے لوا دیسا جد ائی آکھے نا میں کو قبول کر چا تے میں تے کو رہا کر ویسا سرکار بے نیازی نال فرمائندے نے دفع ہو جا تو شریعت نہیں جان دی پیو دادے دی طلاق کیتی ہوئی پوتر پوترے دے نکاح وچ نہیں آ سکدی ہاتھ بلند کر کے نعرہ خوش تھے ہو راضی تھے ہو کیسا خوبصورت جواب آ کر نے بخشا فرماتا کو دین شریعت ہی نہیں پتا باپ دی طلاق کیتی ہوئی پتر دے نکاح چ نہیں آ سکتی نکل جا طبیعت گئی ہے نا چلو ایک جملہ بھی یہی نظر کر دے میں کو کیویں پتہ لگے جو سارے مجمع دا دل ہے چھیکڑی بندہ دا دل ہے آخری بھائی میری دعا ہی وے ہر شے تو تھکو این گھر دی محبت ذکر تو کدے نہ تھکو تاری محبت ایویں شباب تیرا جملہ میں مکائی بیٹھا بالکل سمیٹی بیٹھا تارے سوچن تو پہلے چھوڑ دے بھائی پوری تو اچھا بازار فتح کر کے نا لفظ تو سنو بازار فتح کر چوتھی سرکار نے قدم امامت دربار اچھا یزید دربار توجہ یزید نے اشارہ کیتا ہے اے بچے بندہ نہیں نے نغارے بجائے نا یزید کے محل دربار اچھے کدیں کدیں نغارے وجدے نغارا سمجھیں دے جیکو نکارا سدیں نو دو نکتا لکاف نال اسا نغارا سدیں دف اچھا یہ جڑے کوڑے لوگ ہوندے نا کوڑے معزز جڑے پاک ہوندے تے من بنن دی کوشش کرن دی دنیا او وقت کئی حرباں نال اپنی وڈائی دنیا کو دکھائے لوگ ساتھ ڈر رہے ہیں لوگ سارے کول مرعوب تھی یزید ہی اپنے دربار چ نغارے رکھے ہوئے جنہوں دی وڈی بھاری بھرکم خوفناک آواز آئی او کہیں کہیں ویلے وجویں دہا جو لوگ ڈر ونجن جڑے لے ایک پاک قافلہ آئے دا دربار این لئین نے این گھرانے تے روک جمعن دی جمعن دی کوشش کی تھی نغارے وجوا کے ایکو اے تا نہیں پتا جو جنہاں دے تے روب جمائندا پے اے خود اللہ دا روب ہے تو سن سنائی کوئی نہیں جو میں کہیا او بھائی اللہ دا روب ہے آل محمد اللہ دے روب دا نا آل محمد ہے روب دی شاید سمجھ نہیں ہے میں لفظ بدل دینا اللہ دے جلال دا نا آل محمد ہے
क्या सुनते बैठे मैं क्या पढ़ जाऊ ना 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 शक चाहिए शक तो कोई गल नहीं। अच्छा दलील दो क्या दलील है जो है अल्लाह दा रूप है दो दलील चलो तुम्हारी सारा की तरफ मैं दलील कह देना जो ये अल्लाह दा रूप है बस ये अल्लाह दा जलाल है इन्हां दे इलावा ना कोई अल्लाह दा रूप ही ना जलाल है ये दलील देव हर कहिंदा रूप ते जलाल होंदे उंदे चेहरे ते सच दसा अल्लाह दा चेहरा केड़ा खानदान है नहीं चलो मैं आसान करें ना जो बाल ही समझे वजहुल्ला कौन है हूँ मसला समझ आइए कोई ना अल्लाह का रोब कौन है आले मुहम्मद अल्लाह का जलाल कौन है अल्लाह का गजब कौन है तवज्जो भाई ए आले मुहम्मद कहे नाल मुहब्बत करें तो समझाए अल्लाह की मुहब्बत है आले मुहम्मद कहे को ना पसंद करें तो समझाए अल्लाह ना पसंद करें क्या सुना वे अच्छा ई तो वे नगारे बजावण की कोशिश की थी जो मेरे रोब तले आवे से नौजु बिल्ला ई छोटे घटिया बंदे तो नहीं पता ना जो ये तो आप अल्लाह का रोब है इन नगारा को क्या करना है यहाँ के अच्छा नगारे बजाओ ते नगारे बजन ओ बढ़िया भारी भरकम मुहिब खौफनाक आवाजा यजीद का पुत्र खालिद छोकरे का नाम है पीओ के नाल खड़ा यजीद के लड़के का नाम के दसम बोल पवो चलो जेड़े रखे गए अगर तो मोहताज थी वे सोना तवज्जो भाई वो पीओ का तख छोड़ के चौथे इमाम के नाल आ खड़े इवें मुंडा टच करके आदे सज्जाद तू सो आधे हो असा ही बादशाह हैं बादशाह के नगारे होंगे ये सुनिए मेरे पीओ के नगारा की आवाज है तुहाडे कोई नगारा है बादशाह जो ही वे नगारा ते तुहाडा उसी कोई है तो वह अपना नगारा दस साडा तो यह वजदा पे है बस खालिद छोकरे गाल की उडू आजान का वक्त होए मुअज़्ज़िन गुलदस्ता आजान ते आके आके अल्लाह अकबर चौथा इमाम आदे वो तेरे पीओ का नगारा है साडे खानदान का नगारे अखबारों से आए मीडिया वबस्ता है शहर के लोगों तक पता हो सी साल
दुनिया के कुल 200 मुल्कों चो 188 मुल्क के बंदा हज किए दुनिया के कुल 200 मुल्क हैं जिन्हें चुंडा 12-11 छोड़ के बाकी पूरी दुनिया के मुल्कों के लोगों ने हज। अच्छा हर मुल्क चो जो हज ही गए उतनी नमाज ही कहो सी जेड़े हाजी उन नमाज ते पढ़ते हैं मसीह तई तई हो सन मसीह ते नमाजी अंत आजा ने मिलती हो सी पूरी इना मतलब है कि पूरी दुनिया ते बांग अल्लाह अकबर दी सदा गूंजती पई है वे 188 मुल्क दे बंदे हाई ते गए ते बांग ही ते उठान दी हो सी ते बांग है आले मुहम्मद दा नगारा गोया पूरी दुनिया ते बांग ते मिलना ही बात दी दलील है जो कायनात ते आज ही आले मुहम्मद दी हुकूमत है। हुकूमत है तो उन्हां दे नगारे पे वही दिन तवज्जो है मेरे बयान ते या कोई ना जय घर दी आजान नगारे कोई जबर नहीं थे ना मैं कुछ थप्पे मारने की जरूरत है जो नहीं मेरे इमाम को मानते हर कहीं कुछ छोड़ते मेरे को वो नहीं तो मेरे को मानते ना 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 ये तो है भी व्यापार का सौदा कायनात इस इन घर के अलावा कोई और या घर तो दिखा चा मैं तेरे नाल थी क्या सुना मैं क्या जिन्हों का नगारा खानदान का आजान हो गए क्या सुना मैं क्या अर्ज कर अल्लाह ने अपनी आजान इन्हों का नकारा मुकर्र कर दिया। इस तो बड़ा खानदान केड़ा हो सकता है इस तो बड़े हाथी कौन हो सकते हैं दरूद भेजो मुहम्मद वाले मुहम्मद वक्त मेरे ख्याल ज्यादा थी वाहिद हुसैन कायनात जिनके सारे पुत्री नाज के काबिल सारिया पाक शाहजादियां भी बोलो 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 है और मैं तो दसो जो मैं छोड़ देना जी बोर क्यों लगे आका दी जड़ी वड्डी बेटी है जिन्हां दे नाम दे आखिर ते पहचान वास्ते लकब लगदे कोबरा इमाम हसन इस्लाम दी नूह है हसन मुसन्नद हरम है वड्डी वड्डी नूह है हसन इमाम हसन दी वड्डी बेटी हसन दी सब तो वड्डी नूह हुण समझ आई है सारे सेम डाडी दी तस्वीर डाडी मालिक तत्हीर डाडी दा छिका होया फोटो बैठ पूरी सीरत है सूरत है किरदार है अखलाक है इल्म च फजल तहारत हिजाब शर्म हया। अच्छा भी अगे में जुमला के में बदो रहा पे बच्चों को याद थी वही इन शहजादी इमाम हुसैन सलाम की वही बेटी का मामूला सुबह की नमाज के बाद बच्चियों को कुरान पढ़ेंगे औरतों को तफसीर पढ़ेंगे एक दी औरत दौड़ पचानक तफसीर छोड़ के न भज प शहजादी फरमाया खैर है वे बीबी जी दीवार की तुस टेक की बैठी हो थोड़ी तो कंड है वो दीवार ठांधी पई है बुनियादा छोड़ चुकी है रकू की हालत झुक चुकी है असा तो उस तू तले ना वनू लताड़ियाँ ना वनू मर ना वनू बचन वास्ते भरिया बीबी तुस जल्दी करो दीवार छोड़ो छोड़ो दीवार ठांधी वे सैन बड़े इतमान नाल फरमाया मैं इजाजत नहीं दी आपे ठाए पोसी कुरान की कसम ही वे मैं कुछ अली दियां पोतरियां दे इख्तियार आ समझ च नहीं आई मलवाने को खुद अली की में समझ च ठीक है a
ہے۔ بس بس سمیٹ بیٹھا پڑھی بیٹھا ساری مجھے بس آخری جملے، مولا امیر علیہ السلام کتنا دفن دفن اللہ لفظی میں آکھ بیٹھا کتنا آرام فرمائے بولو جی نجف ہے۔ اچھا سرکار دی شہادت کتنا ہوئی؟ کوفہ۔ کوفہ چو تابوت کتھاں گیا؟ بولو، کوئی شک ہے؟ اکی رمضان۔ رستے چ جتنیاں دیواراں تے مکان ہیں تے درخت ہیں، کافی عرصہ یہ دیواراں رکوع دی حالت وچ، درخت رکوع دی حالت وچ کھڑے ہیں۔ سیدھیاں دیواراں ہیں رکوعش کیوں، درخت سیدھے ہیں رکوعش کیوں؟ انہاں کو تا کو نہیں پتا جیڑے دی مولا علی دا تابوت ہے اس سلامی واسطے جھکے ہیں قیامت تک میں کھڑے رہے ہیں۔ آدھنی وے اے نہ سمجھے سی جو ایک کند ہے کھلانا کندھ ہے، پتہ نہیں تواڈو استعمال تھیندا یا نہیں سارے پاسے تھیندا۔ علی کو کندھا من گئیں ملا اجا ثبوت منگدا ہوتا ہے۔ توجہ ہے میرے بیان دے یا نا، دیوار رکھو ہوئے جھگے، درخت رکھو ہوئے جھگے، علی دے تابوت کو سلام۔ حسین کی بیٹی آدھی ہے میں دیوار کو اجازت دیتی نہیں بغیر میرے حکم دے ٹھائے پوسی، فرمایا میں قرآن دی تلاوت تے تفسیر پڑھائیں دی رہا سا قیامت دا سورج چڑھ سکدے ہی رکوع دی حالت وچ کھڑی رہا۔ میں حق سنت زمین بوس ہو سی دس توجہ ہے۔ حسین دی ساری اولاد قابل ناز ہے، قابل فخر، لیاقت دا پیکر، کوئی شک بالکل نہ، لیکن یہ سچی گال ہی ہے جو جتنی حجتن نبی رسول امام بے کہن دی اولاد چو ہک مظلوم، کہن دی چو دو مظلوم، کہن دی چو ترائی مظلوم، حسین او غریب ہے۔ واہ واہ واہ، جن دی ساری اولاد مظلوم ہے، پتری جکے مظلوم دیں گے، پتر ایرے مظلوم جو چالی چالی سال رات رنن۔ واہ 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 واہ، مسلان دی پئی ہانے تے نیزے لگن، او میں صدقے تھی پہن بولی نہن بول سکتے تھے ترائی نوکان لطیر جھلن، تے دھیاں او مظلومن جیڑی سب تو چھوٹی ہے ان دی وطن تے قبر ہی نہیں۔ شاباش شاباش شاباش، واہ 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 واہ، زندگی ڈھیر ہوئی یاد، واہ واہ واہ۔ کل میرے کول ایک سید بیٹھے رہن اسد بادشاہ صاحب، وہ معصوم حسین کی مخصوص ہی کریں دن سو سال تو بت وہ میرے کو آخر پہ بھائی سکلائن
असा सिवाय ई मासूम दे कदे कहीं को कोई शै नहीं मंगी। ते ए करीम दी धी कोई एडी करम करे दे असा त ई सैन दा सदका पे खांदे हैं। जेडी शै मंगदे हैं हुसैन दी मासूम धी दे सदके तरफा मैं कोई सैयद दी गल वड्डी चंगी लगी है। मैं कि ई शाहजादी नाल एडी मोहब्बत जी और रोजाना जरा लफ्ज आते जाकर चुके तुसा सुन 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 इतने दफा सुन चुके वे जो इवें जल्दी नाल गुजर वेंदे वे तो सोचेंदे नहीं वे ई बच्ची का इो एक लफ्ज दुख का मसाइब का घट कि ये मजलूम की ओ थी है जिंदी उम्र थोड़ी है मसाइब ज्यादा है। इस तो वे क्या मसाज हो सकते हैं बच्ची शाबाश शाबाश जै भी ये लफ्ज पहली दफा आके और कच्ची के जाकिरीन नहीं आ गए मैं सलाम करें उनको कि पूरी तारीख ही बच्ची थी यहीं के जुमले चुन बंद कर दी ना कि उम्र थोड़ी है सर दुख हैं। एक लफ्ज मैं अर्ज करना चाह मैं तो मुराद है कि मैं सकलैन गलू अपनी तरफ लादा कर जरा मिम्बर से पहली दफा मैं करबला तू शाम ये 1600 मील का पंद है रेत पत्थर सिकरोड़ ते कंडा का राह है हुसैन दी ओ थी ये मासूमा जे 1600 मील का सफर सवार होके घट किया है काफले नाल पैदल गया अल्लाह जाने कितनी झाई त्या दी सजा काफला रुका मैं थक पिया शाबाश मेरे पैर जख्मी हो गए मेरिया तलिया मुतवरम हो गई शाबाश शाबाश भावे जो खुद पैर च कंडे लगते है जिथे काफला रुके हा ना अजय सजाद पेर वधा मैं तेरे कंडे कट दी गया आप जेड़ी हालत छोवे आ निभावे आ रानी निके निके हाथा नाल सजा दिए तलिया शाबाश शाबाश और पढ़ते तो जाकिरीन हैं वो मैं कुर्बान थी मां मैं सुने एक बार बहुत बड़े जाकिर को वो पढ़ते पे हैं भई हाथ पाबंद होंगे है सज्जाद जो पैर वधावे हा ना वत अपने होठा नाल फिरा दिया तलिया चंडे और कोई पे ईद नहीं मुहब्बत जो ईद नहीं है शाबाश 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 और मैं तो आख छोड़े ना जो ये सफर पैदल ज्यादा किया पता वे केड़े रंग च कराया ने करबला तू शाम तक शामिया को एक डर है भाई किथाई भी मुसलमान मत साढ़े उत्ते हमला कर दे भाई तुस रसूल दे खानदान नाल जुलम किया है इन्हें को डर ता लुक लुक के ते वल्ले मार के वेंदे हैं इन डर दी वजह तू एक कई दिहाड़ा दा सफर एक ॾींहं च करेंदे है नाराज न थी वाए हुसैन दी धी को हैवाना नाल भजेंदे है किथाई उठा नाल भजदी है किथाई घोड़ा मैं बहु डर डर के लग बैठा मुक गया पंद आ गई है शाम है शाम है शाम है शाम पुराने जाकिर शाम का लफ्ज आखे ना ना मुमिन अपने सीने च मुक मार के आ देन हाय भोली शाम न होवे हाई है शाम बर्बाद थी गई होवे हा शाम शाम इमामा को रत रोवे चाली बारवा तो होनी परदे च रोंदा बैठे कितने साल कितना आ गई लफ्ज़ औखा है अच्छा मजबूरी है आखो चा है
ਅੱਛਾ ਸਾਦਾਤ ਗਦਾਈ ਮੋਹਸਿਨ ਸ਼ਾਹ ਸਾਹਿਬ 1 ਕਰੋੜਾਂ ਰੁਪਏ ਖਰਚ ਕੀਤੇ ਨੇ ਕਿਉਂ ਹੁਸੈਨ ਦੇ ਅਜ਼ਾਦਾਰ ਆਸਨ ਸੋਹਣੀ ਛੱਤ ਵਾਲੇ ਬਹਿਣ ਰੋਸ਼ਨੀਆਂ ਪੱਖੇ ਬਿਜਲੀਆਂ ਗਰਮੀ ਆਸੀ ਤਾਂ ਏ ਸੀ ਲਵੇ ਸੇ ਥੱਲੇ ਫਰਸ਼ ਕਾਲੀਨ ਇਹ ਅਜ਼ਾਦਾਰਾਂ ਦੀ ਇੱਜ਼ਤ ਕੀਤੀ ਮੈਂ ਮੈਂ ਕੁਰਾਨ ਦੀ ਕਸਮ ਹੈ ਕੋਈ ਏਡੇ ਕੁੱਤੇ ਲੋਕ ਹਨ ਸ਼ਾਮ ਦੇ ਨਬੀ ਦੀਆਂ ਧੀਆਂ ਕੋ ਉਹ ਮਕਾਨ ਦਿੱਤਾ ਨੇ ਜਿਹਦੀ ਛੱਤ ਕੋਈ ਨਹੀਂ ਜਿੱਥੇ ਨਾ ਰੋਸ਼ਨੀ ਦਾ ਬੰਦੋਬਸਤ ਹੈ ਜਿੱਥੇ ਨਾ ਤਾਜ਼ਾ ਹਵਾ ਲੱਗਦੀ ਹੈ ਸਦਕਾ 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 ਕਈ ਕਈ ਵੇਲੇ ਗਰਮੀ ਥੀ ਵੀ ਆ ਫਿਰਾ ਤੇ ਗੱਲ 'ਚ ਬਾਈ ਪਾ ਕੇ ਆਖਿਆ ਈ ਮੁਲਕ 'ਚ ਹਵਾ ਖੁੱਲਣ ਦਾ ਰਿਵਾਜ ਕੋਈ ਨਹੀਂ ਸੱਜਾ ਦੀ ਰਤ ਵੱਧ ਵੰਨਿਆ ਰੋ ਕੇ ਆਖੇ ਨਾ ਖੁੱਲਦੀ ਏ ਜਿਹੜੀ ਜਾ ਮੁਸਲਮਾਨ ਸਾਡੇ ਵਾਸਤੇ ਪਸੰਦ ਕੀਤੀ ਉੱਥੇ ਪਹੁੰਚਦੀ ਅੱਛਾ ਯਾਰ ਬਜ਼ੁਰਗ ਜ਼ਾਕਰਾਂ ਦਾ ਇੱਕ ਲਫ਼ਜ਼ ਮੈਂ ਆਧਾ ਚਾ ਉਹਨਾਂ ਦੀਆਂ ਰੂਹਾਂ ਖੁਸ਼ ਥੀ ਵੈਸਨ ਔਰ ਉਹਦੇ ਵਿੱਚ ਰੂਹਾਨੀਅਤ ਹੀ ਜ਼ਿਆਦਾ ਹੈ ਇਹ ਸੁਬਹ ਦੀਂ ਜੋ ਚੜ੍ਹੇ ਆ ਨਾ ਅਤੇ ਪੱਖੀ ਆ ਗੁਜ਼ਰੇ ਨਾ ਕੈਦ ਖਾਨੇ 'ਚ ਪੜ੍ਹਦੇ ਨੇ ਸਾਰੇ ਬਜ਼ੁਰਗ ਕਿਹੜੇ ਸੋਹਣੇ ਲੱਭਦੇ ਨੇ ਪੁੱਪੇ ਕੋਲ ਆ ਬਏ ਪੁੱਪੀ ਅੰਮਾ ਇਹ ਪਰਿੰਦੇ ਕਿੱਡੇ ਪਏ ਪਏ ਨੇ ਮੇਰੀ ਧੀ ਦਾਣੇ ਪਾਣੀ ਦੀ ਤਲਾਸ਼ ਵਿੱਚ ਅਤੇ ਸ਼ਾਮ ਕੁ ਜੋ ਵੱਤ ਉਵਲੇ ਨਾ ਵਾਪਸ ਪੁੱਪੀ ਅੰਮਾ ਹੁਣ ਕਿੱਡੇ ਪਏ ਪਏ ਨੇ ਮੇਰੀ ਧੀ ਆਪਣੇ ਆਪਣੇ ਘਰਾਂ 'ਚ ਵੱਲੇ ਪੈਂਦੇ ਨੇ ਘਰਾਂ ਦਾ ਨਾਮ ਆਵਿਆ ਪੁੱਪੇ ਦੀ ਗੱਲ ਲਾ ਕੇ ਆਖਿਆ ਕਦਾਂ ਹੀ ਉਹ ਨਹੀਂ ਹੀ ਹੋ ਸੀ ਜਿਹੜੇ ਡੀਂ ਅਸਾਂ ਸ਼ਾਮ 'ਚ ਵਤਨ 'ਤੇ ਵੈਸੇ ਹੁਸੈਨ ਦੇ ਮਕਸਦ ਹੀ ਬਈ ਵਾਲਾ ਕਿਹਾ ਹਰ ਕੋਈ ਵੈਸੀ ਇੱਕ ਥਾਂ ਕੋਈ ਨਹੀਂ ਵਾਹ 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 ਬੜੀ ਰੂਹਾਨੀਅਤ ਹੈ ਸਦਕਾ 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 ਬੜੀ ਰੂਹਾਨੀਅਤ ਹੈ ਮੈਂ ਛੁੜੇਂਦਾ ਪਿਆ ਬਾਬਾ ਮੈਂ ਛੁੜੇਂਦਾ ਪਿਆ ਮੈਂ ਮੁਕਾਈ ਬੈਠਾ ਬਿਲਕੁਲ ਮੈਂ ਸਦਕੇ ਥੀ ਪਵਾਂ ਜਿਹੜੇ ਲੈ ਸਾਲ ਗੁਜ਼ਰ ਗਿਆ ਸੀ ਨਾ ਕਮ ਅਜ਼ ਕਮ ਕਿਤਨਾ ਕਮ ਅਜ਼ ਕਮ ਬਿਮਾਰ ਫਿਰਾ ਦੇ ਕੋਲ ਆ ਬੈਠੀਏ ਆਦੀ ਸਜਾ ਤੇ ਕੋ ਬਈ ਦੱਸਾਂ ਬਿਮਾਰ ਆ ਤੈਨੂੰ ਦੱਸ ਫਿਰਾ ਦੇ ਗੱਲ ਲੱਗ ਕੇ ਆਦੀ ਹੁਣ ਮੈਂ ਕੋ ਬਾਬੇ ਦੀ ਮੂੰਹ ਮਾਰ ਹੁਣ ਇਸ ਤੋਂ ਜ਼ਿਆਦਾ ਮੈਂ ਬਾਬੇ ਦੀ ਜੁਦਾਈ ਬਰਦਾਸ਼ਤ ਦੇਖ ਇੱਕ ਦਫ਼ਾ ਵੱਧ ਤੂੰ ਆ ਕੇ ਨਾ ਕੋ ਮੈਂ ਕੋ ਬਾਬੇ ਦਾ ਸਰ ਮਿਲਾ ਮੈਨੂੰ ਸਜਾ ਦਾ ਦਿਨ ਮਾਸੂਮਾਂ ਇਹ ਬਹੁ ਕਮੀ ਨੇ ਲੋਕ ਇਹ ਸਰ ਵੀ ਨਹੀਂ ਦਿੰਦੇ ਤੇ ਗੁੱਸੇ ਥੀ ਕਿ ਤੇਰੇ ਫਿਰਾ ਦੀ ਕੰਡ ਤੇ 17 ਲਿਖਣ ਲੱਗੇ ਆਦੀ ਅੱਛਾ ਸੱਜਾ ਤੁਸਾਂ ਨੰਗੇ ਦਿਓ ਅੱਜ ਮੈਂ ਬਾਬੇ ਨਾਲ ਮਿਲਣ ਦੀ ਆਪ ਕੋਸ਼ਿਸ਼ ਕਰੇ ਤੁਹਾਡੀ ਮੁਹੱਬਤ ਵਾਸਤੇ ਮੈਂ ਇਹ ਮਸਾਜ ਦਾ ਮੌਜੂਦ ਚੁਣੇ ਆਈ ਦੀ ਮਜਲਿਸ ਵਾਸਤੇ ਤਾਂ ਕਿ ਗਿਰੀਆ ਵਿਆਦਾ ਥੀ ਵੰਨੀ ਸ਼ਹਿਜ਼ਾਦੇ ਅਲੀ ਅਸਗਰ ਅਲੈਹਿਸ ਸਲਾਮ ਦੀ ਪਾਕ ਅੰਬੜੀ ਖੁਸ਼ ਥੀ ਸਨ ਰਾਜ਼ੀ ਥੀ ਸਨ ਦੁਆ ਕਰੇ ਸਨ ਸੱਜਾ ਦਾ ਦਿਨ ਭੈਣ ਇਹ ਕਿਵੇਂ ਤੂੰ ਕੋਸ਼ਿਸ਼ ਕਰੇ ਸੀ ਬਾਬੇ ਨਾਲ ਸਰ ਦੀ ਮੁਲਾਕਾਤ ਦੀ ਬੀਬੀ ਆਦੀ ਅੱਜ ਅੱਲਾਹ ਕੋ ਮੈਂ ਉਹ ਵਾਸਤਾ ਦਿੰਦੀ ਹਾਂ ਜਿਹੜਾ ਵਾਸਤਾ ਉਹ ਕਦੇ ਖਾਲੀ ਵਲਾ ਹੀ ਨਹੀਂ ਸਕਦਾ ਹੁਣ ਪੁੱਛੋ ਸਕਲੈਨ ਹੁਸੈਨ ਦੀ ਧੀ ਬਾਬੇ ਕੋ ਮਿਲਣ ਵਾਸਤੇ ਅੱਲਾਹ ਕੋ ਕਹਿੰਦਾ ਵਾਸਤਾ ਨਾ ਕਹੀਂ ਨਬੀ ਦਾ ਦਿੱਤਾ ਸੀ ਨਾ ਕਹੀਂ ਰਸੂਲ ਦਾ ਨਾ ਕਹੀਂ ਇਮਾਮ ਦਾ ਨਾ ਬਾਬੇ ਦੇ ਛੇਕੜੀ ਸਜਦੇ ਦਾ ਸਵਾਲ ਕਰੋ ਸਕਲੈਨ ਵਾਸਤਾ ਕਹਿੰਦਾ ਦਿੱਤਾ ਸੀ ਉਹ ਕਿਹੜਾ ਵਾਸਤਾ ਹੈ ਕੈਦ ਖਾਨੇ ਦੀ ਦੀਵਾਰ ਨਾਲ ਆ ਬੈਠੀਏ ਨਿੱਕੇ ਨਿੱਕੇ ਹੱਥ ਬੁਲੰਦ ਕਰਕੇ ਰੋਕਿਆ ਦੀ ਮੇਰੇ ਅੱਲਾਹ ਪਲ ਨਾ ਹਿੰ ਵਿਸਦੀ ਸਾਲ ਹੋ ਗਏ ਮੈਂ ਕੋ ਬਾਬਾ ਨਹੀਂ ਮਿਲਾ ਬਾਬੇ ਦਾ ਸਰ ਇੱਥਾਂ ਹੀ ਸ਼ਾਮ ਹੈ ਛੇ
میرے اللہ ہن میری برداشت تے مونج میں کھا گئی ہے میرے اللہ میرے کول ہکو واسطے دکھائے میرے پاس میں اشارہ کرے سا کیڑا واسطہ اللہم بے حق کے جدتی میرے اللہ تے کو واسطے میری ڈاڈی دے دکھے پاسے دا مجال ہے میری اللہ تے کو واسطے میری ڈاڈی دے دکھے پاسے دا میں کو بابا ملا بس بچی ڈاڈی دا واسطہ دیتا ہے آلیا سین دے کتے بطری جی دے کول آئیں چوٹیاں چمکیا دین معصوما ایک قید تو تھک گئے ہو اما میں آنکھیں جو میں تھک گئی ہوں میری دھی رہائی دی دعا نہیں بیٹھی منگ دی ادھی پھپھی رہائی دی دعا منگ دی بیٹھی ہاں مگر سارا دی نہیں ہکل ہی اپنی رہائی دی میری دھی میں کو دسا اپنی ہکل ہی رہائی دی یہ ہکل ہی رہا ہو کہ وطن مدینہ چاندی کیویں ویسے یہ دا سفر مدینہ پھپھی اما مدینہ رہائی دے بعد نہ ہوئیں دی سال میں بابے دا انتظار کیتا ہے شامیہ میں کو سر نہیں دیتا آج میں اللہ کو ڈاڈی دا واسطہ دیتا ہے جو میں کو بابا ملے نظر آوے پھپھی اما تو سن جان دیو اللہ میری ڈاڈی دا واسطہ خالی نہیں ولیں گا اے جیڑی ہون اگو رات آن دی پئی ہے نا معصوم آدھی آج رات میں بابا میرے کو لاسی تے میری طرف سارے پردداراں کو ڈس چا جائیں جائیں میں کو ملنا تے دیکھنا ہے نا او میں کو رج کے مل گھنے جو میرا اجو کا دیں ہیں راتی میں بابے کو ہکلا نون ننڈے سا میں بابے دے نال لگی ویسا ہن اس تو زیادہ میں مٹیاں تے نہ سم سکدی تھوڑے بابے دے سینے تے وائیں سمسا شاباش اے رمضیہ مذاق سن دے تو سا رمضیہ مذاق شری مذاق بس پھپھی نال یہ گال کر کے نا وط معصوما سورج جو ڈٹھا ہے سورج جو دیکھ کے آدھی اجاں کھڑا ہیں سورج جو آواز آئی ہے معصوما دس کے اکھنا چاہتا آدھی میرے ڈاڈے دے واسطے ولدہ ہمیں نہ لتھا ہویا آج راتی میں کو بابے ملانا منہ میں کو بہو انتظار ہے میں آدھیاں ذرا جلدی لائے تو جلدی لاسے اندھیرہ تھی سی رات میں سمسا میں کو بابا مل سی باس بھائیو دین لتھا ہے حسین دی دھی تیمم کر کے نماز پڑھئے اس تو وڈا کیڑا مسائے پڑھا میں یار جنہ کو پیمن وستے نہیں دین دے وضو وستے دین دے ہیں ایک کھامن پیمن دیا چیزیں ہر تریچے دین بعد دین دے ہر تریچے دین بعد ترائے دہاڑاں دا کٹھا اوہ ایو کچھ ہوندہ جو وڈے پردادار روزے چراندے ہیں بمشکل چھوٹے کچھ بچوں کو حصہ ملتا اللہ پتہ نہیں میں لفظ سمجھا نہیں چنگا میں آکے وڈیاں بیبیاں روزے چراندی ہیں اللہ مان کیڑی شہدے گریہ آندے جی حسین دی دھی تیمم کر کے نا اور ایج میں تو قدسان چاہ میں تاریخ اچ پڑھے حسین دی دھی جتنا عرصہ ہے بچی چار سالاں دی شام رہی ہے نا واجب نماز تو واجب حسین دی بچی تہجد پڑھ دی ہے شام ذاکری نہ سمجھیں جو بھئی میں منہ اچ گال آئی ہے کر چھوڑیے میں کتاباں چ ڈٹھا ہے تاریخ ہے حسین دی دھی تہجد پڑھ دی ہے یہ دی عبادت گزار بچی شب بیدار ہے نماز شب پڑھ دی ہے بس تہجد تو پہلے بابے کو روے ہا بابے کو روے دین لتھ ہے بکھی تسی حسین دی دھی ستی سینے تے کہیں کالین تے مخمل ریشم تے کیس تے میرے بھی طاقت نہیں ہے ہوں تو سنس ہو بولو
مومن ڈر ڈر کے آدھے بیٹھے ہیں. ہاں مٹیاں تے ڈرو نہیں, خاک تے رات دا کوئی وقت ہے, خواب وچ زخمی بابا ملس, بابا بابا کریں دی اٹھیے. ہدی سجاد جاگ میں کو بابا ملن آ گئے, سجاد دی رت ود گئی ہے, بھین دا چوٹیاں چمکیا دین کتھے بابا. یہ مدینہ نہیں شام ہے, بابا تو کربلا دیگر لے دا محرم بڑھ دے گھوڑے تھلا تے جیڑے لے بچی دسے نا جو خواب. میرے بابے دی ڈاڑی ہونی میرے بھراواں دے خون نال رنگین. سجاد بھین کو ہاں نہ لا کے دن تو میری غربت تے وین کر, میں تیری یتیمی دے وین, نہ کوئی تیرا رہ گئے نہ کوئی میرا رہ گئے. بھین بھرا رنن پردادار اٹھی دے آئیں, سجاد کہیں روایا وے بیمار دن میری بھین خواب وچ بابا دی ٹائے, ہن میرے کول بابے دا سر منگ دیے تے میں شام دا کہہ دیاں لائن سر نہیں دے دے. بی بی آدین اچھا سا قطار بنے نیاں ہیں یا حلقہ ہو سکدے کہیں دی جھولیے چپ کرو. ہر کوئی امن دی نیندر ستا ہوئے علی دیاں دھواں دھیاں تے نو آدھ رات لے حلقہ بنائی کھڑی ہیں, کہیں ویلے کوئی بی بی چیندی ہے, کہیں ویلے کوئی بی بی چیندی ہے. ہر مستور کو آدھی میں کو بابا ملاو تے بابا بابا کر کے جو رنی ہے نا آدھ رات لے یزید دے سمنا لے کمرے جو سونے دے تشت حسین دا سر آ. شہید زندہ نہیں ہوندے, زندہ ہوندے نا. ثبوت دیواں جڑا سپاہی کانسٹیبل پارہ دیندا نا غریب دے سر تے, وہ آدھے دو بچی دے وین ودھے, میں ڈٹھے تا حسین دے سر نے ہلنا شروع. یا دے رومال جو ہٹ میں ڈٹھے ایک ایک اکھے کئی کئی سیڑن سر حسین دا تشت اڈے کٹا ہویا سر کمرے دی چھت نال ونج رکے تے سر دا رخ قید خانے جو پھر گئے کپے گالے چ بڈی ہوئی کوک آئیے میری آلیہ بہن میری دھی کیوں روائی وے, شاباش شاباش میری دھی کو کیوں روایا وے, یہ کوئی ویلے میری پیاری دی شاباش میری دھی دے رومن دا. بھائیو خواب وچ پہلا ڈٹھا ہے پہلے تے ہن جڑے لے آواز سنیے. آدھی سجاد گیٹ کھلوا قید خانے دا دروازہ کھلوا, بارو بابا آیا کھڑے میں کو گیا. سجاد بہت تسلی دیتی آکھے نہیں بابا آیا, آواز جو سنی کھڑی آئی خواب جو ڈٹھی کھڑی آئی. ہن بچی آدھی میں کو پکڑو نہیں, کہیں ویلے کہیں دیوار نال ونج لگدی ہے, کہیں ویلے کہیں دیوار نال ونج متھا لیندی ہے. دیواراں کو گل آ کے مکان ودی دیندی ہے روندی, جتھوں متھا ہٹاویا دیوار دا رنگ سرخ ہو ویندے. او بھائیو بچی دے دیواراں نال ماتم دا کرنا ہا شام جو زلزلہ ہا. یزید دا پلنگ جو ہلے نہ ڈر کے اٹھے, طاہر سپاہی کو آدھے قیامت آ گئی. یہ آدھے تے سنا نہیں جو رسول آخا یتیماں دا رمون اللہ زیادہ برداشت نہیں کرتا. حسین دے ایک چار سالاں دے یتیم دی قید خانے وچ خواب وچ بابا ڈٹھے, او بابے دے سر واسطے روندی بیٹھی ہے, جے سر نہ گیا تے شام برباد ہوئے سی. اے لائن دے کوئی بچن دا طریقہ سپاہی دے ایکو طریقے, سر میں کڑے میں قید خانے وچ دے ہاں بہو مونجی ودی ہے, میں کو یقین ہے سر دیکھ سی نہ ہو سی. لائنا دے اچھا گھن ون متا شام بچدی ہوئے ادھ رات لئی سی بھائی حیاتی ہوئے میرا بچڑا محبت ماتمی بچہ عشق نہیں پاک کرانے کا پتا سد کے تھی پما ایویں رامن تھوڑے عقیدے ایویں رامن تھوڑی محبت تسیں ایویں حسین دی محبت یاد کریں دے رہو جی میں کریں دے پے. سپاہی غریب دا سر چاہ کے قید خانے دے در تے آئے, سجاد بابا ملن آئے, بابے دا نام آئے, کڑیاں کنڈ کے بیمار اٹھن کڑیاں لے ہاتھ ودا گیا دن بابا قیدی بچڑے دا سلام. بابا روزانہ تواری دھی پوچھ دی آئی, میں مٹیاں دے سم سم تھک گئیاں بابا کدا سی. صدقہ 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 مرحبا مرحبا یار بڑی قبولیت ہے مجلے سے. سجاد بابے دا سر گھنن گئے, معصوما پھوپھی دا دامن آ نپے
ਆਦੇ ਫੁੱਪੀ ਅੰਮਾ ਨਿੱਕੇ ਤੇ ਲਾੜੇ ਬਾਲ ਜਲਦੀ ਰੁਸਤੇ ਨੂੰ ਮੇਰਾ ਹੱਕ ਬਣਦੇ ਬਾਬਾ ਦੇਰ ਨਾਲ ਮਿਲਣ ਹੈ ਹਰ ਕੋਈ ਬਾਬੇ ਕੋ ਮਿਲਣ ਮੰਨਿਆ ਮੈਂ ਰੁਸਤੀ ਪਈਆਂ ਮੈਂ ਬਾਬੇ ਨਾਲ ਕੋਈ ਨਾ ਭੁੱਲੇ ਸ ਮਿੰਬਰ ਦੀ ਕਸਮ ਦੀਵਾਰ ਨਾਲ ਮੱਥਾ ਲਾ ਕੇ ਆਦੀ ਘੜੀਏ ਮੈਂ ਕੋਈ ਨਾ ਮਨਾਵੇ ਮੈਂ ਕੋਈ ਨਾ ਮਿਲ ਸਾਂ ਸੱਜਾਦ ਬਾਬੇ ਦਾ ਸਰ ਰੱਖ ਕੇ ਸੱਜੇ ਖੱਬੇ ਦੇ ਕੇ ਆਦਿਨ ਮਾਸੂਮਾ ਖਿਲ ਗਈਏ ਬੀਬੀ ਆਦੀ ਦੀਵਾਰ ਨਾਲ ਰੁਸੀ ਘੜੀਏ ਸੱਜਾਦ ਚੋਟੀਆਂ ਚੁਮਕੇ ਆਦਿਨ ਰੁਸ ਨਹੀਂ ਬਾਬਾ ਥੋੜੀ ਦੇਰ ਹੱਥੇ ਆਏ ਆਦੀ ਕਿੱਥੇ ਬਾਬਾ ਸੱਜਾਦ ਆਦੇ ਸਾਹਮਣੇ ਦੇਖ ਬੱਚੀ ਆਦੀ ਮੈਂ ਸਰ ਮੰਗਾ ਮੈਂ ਖਾਣਾ ਤਾਂ ਨਹੀਂ ਮੰਗਿਆ ਸੱਜਾਦਾ ਦੇ ਰੁਮਾਲ ਹਟਾ ਖਾਣਾ ਨਹੀਂ ਬਾਬੇ ਦਾ ਸਰ ਆ ਗਈ ਹੁਣ ਮੈਂ ਆਦਾ ਪਹਿਲੇ ਮਰ ਗਈ ਹੋਵੇ ਆਏ ਮੰਜ਼ਰ ਨਾ ਡਿੱਠਾ ਹੋਵੇ ਸਾ ਬੱਚੀ ਰੁਮਾਲ ਹਟਾਏ ਸੱਜੇ ਦੀਆਂ ਜ਼ੁਲਫਾਂ ਖੱਬੇ ਵਲੀਓ ਖੱਬੇ ਦੀਆਂ ਜ਼ੁਲਫਾਂ ਸੱਜੇ ਵਲੀਓ ਯਾਨਾ ਦੀ ਬਾਬਾ ਮੈਂ ਰੁੱਲ ਗਈ ਬਾਬਾ ਮਿੱਟੀਆਂ ਤੇ ਸਭ ਸਭ ਕੇ ਮੈਂ ਥੱਕ ਪਈ ਬਾਬਾ ਤੇਰੇ ਬਾਦ ਮੈਂ ਝਿੜਕੀ ਵੀ ਰਹੀ ਤਮਾਚੇ ਲੱਗਦੇ ਰਹੇ ਸਿਵਾਈ ਗਮ ਦੇ ਕੋਈ ਗਮ ਨਾ ਦੇਖੋ ਬੜੀ ਕਬੂਲੀਅਤ ਹੈ ਮਿੰਬਰ ਦੀ ਕਸਮ ਬੱਚੀ ਨੇ ਵਹਿਣ ਸ਼ੁਰੂ ਕੀਤੇ ਬੱਚੀ ਦਾ ਵਹਿਣ ਹੈ ਜੋ ਸ਼ਾਮ ਦੀ ਨਗਰੀ ਹੱਲਣ ਲੱਗ ਗਈ ਹੈ ਬੱਚੀ ਵਹਿਣ ਕਰੇਂਦੀ ਰਹੀਏ ਸੱਜਾਦ ਕਈ ਵੇਲੇ ਵਹਿਣ ਦੋੜੇ ਥੇ ਕਈ ਵੇਲੇ ਫੁੱਫੀਆਂ ਦੋੜੇ ਥੇ ਮਿੰਬਰ ਦੀ ਕਸਮ ਕੁਝ ਵਹਿਣਾਂ ਦੇ ਬਾਅਦ ਬੱਚੀ ਦੀ ਆਵਾਜ਼ ਜੋ ਬੰਦ ਹੋਈ ਹੈ ਮੈਂ ਤਾਂ ਪੜ੍ਹਨਾ ਸੌਖਾ ਤੇਰਾ ਸੁਣਨਾ ਸੌਖਾ ਸੱਜਾਦ ਬੰਦ ਹੀ ਹਨ ਵਥੂਟੀ ਦਈਏ ਨ ਆਦਿਨ ਫੁੱਫੀਆਂ ਦੁਆ ਮੰਗੋ ਸ਼ਾਲ ਮੇਰੀ ਭੈਣ ਕੋ ਨਿੰਦਰ ਆ ਗਈ ਹੋਵੇ ਮਿੰਬਰ ਦੀ ਕਸਮ ਜਦੋਂ ਨਬਜ਼ ਤੇ ਹੱਥ ਲਾਵੇ ਰਾਤ ਵਧ ਗਈ ਹੈ ਅਮਾ ਮਲਾ ਗਿਆ ਤੇ ਜਲਦੀ ਆ ਮੇਰੀ ਭੈਣ ਮਰ ਗਈ ਆਦੇ ਮੇਰਾ ਸੱਜਾ ਸਦਕੇ ਆਦੇ ਨਾਜ ਮੇਰਾ ਗਾਜ਼ੀ ਕੋਈ ਨਹੀਂ ਸਦਕੇ ਮਾਤਮ ਕਰ ਲਈ ਮੋਹਿੰਦਾ ਯਾਰ ਕਿਹੜੀ ਕਬੂਲ ਬਦਲੇ ਜਵਾਨੀ ਜ਼ਿੰਦਗੀ ਠੇਰ ਹੋ ਗਈ ਜੀ ਹੁਸੈਨ ਦੀ ਧੀ ਦੇ ਰੂਹ ਪਰਵਾਜ਼ ਕੀਤੇ ਸਾਦਾਤ ਫਰਦ ਸ਼ਾਹ ਸਾਹਿਬ ਮੋਹਸਿਨ ਸ਼ਾਹ ਕਾਫੀ ਸਾਦਾਤ ਮਜਲਿਸ ਵਿੱਚ ਮੌਜੂਦ ਹਨ ਮਾਫੀ ਦਿਵਾਏ ਮੇਰੀ ਬੇਵਸੀ ਲੁਕਾ ਨਾ ਸਕਦਾ ਜੋ ਮਾਸੂਮਾਂ ਦੀ ਮਾਂ ਦਾ ਵਹਿਣ ਉਸੀ ਪਰਦੇ ਯਕ ਮਤਾ ਕੇ ਦਾ ਦਿਹਾੜੇ ਕਹਿੰਦੇ ਦੁੱਖ ਨੇ ਨਹੀਂ ਲੁਕਾਏ ਤੇ ਮੇਰੀ ਧੀ ਦੀ ਮਜ਼ਲੂਮੀਅਤ ਕਿਉਂ ਲੁਕਾਈਏ ਅੱਧ ਰਾਤ ਲੈ ਹੁਸੈਨ ਦੀ ਧੀ ਦੇ ਰੂਹ ਪਰਵਾਜ਼ ਕੀਤੇ ਕੈਦ ਖਾਨੇ ਦੇ ਹੀ ਕੋਨੇ ਪਰਦਾ ਬਣਾਇਆ ਨੇ ਅਲੀ ਦੀਆਂ ਧੀਆਂ ਤੇ ਨੂੰਹਾਂ ਸੱਜਾਦ ਨੌ ਦਿਹਾੜਾਂ ਦਾ ਪਾਣੀ ਇਕੱਠਾ ਮੰਗਵਾ ਦਿੱਤਾ ਗੁਸਲ ਵਾਸਤੇ ਤਿਆਰ ਹੋਈਆਂ ਇੱਕ ਸ਼ਾਮ ਦੀ ਔਰਤ ਕੈਦ ਖਾਨੇ ਚਾਹੀਏ ਆਦੀ ਕੈਦੀ ਆਪਣੇ ਪਰਦਾਦਾਰਾਂ ਕੋ ਹਟਾ ਮੇਰੀ ਡਿਊਟੀ ਹੈ ਸ਼ਾਮ ਜਿਹੜੀ ਬੱਚੀ ਔਰਤ ਮਰੇ ਗੁਸਲ ਮੈਂ ਦੇਨੀ ਆ ਮੈਂ ਕੋ ਯਜ਼ੀਦ ਦਾ ਹੁਕਮ ਹੈ ਤੁਹਾਡੀ ਬੱਚੀ ਕੋ ਗੁਸਲ ਮੈਂ ਦੇ ਸਾਂ ਪਰਦਾਦਾਰ ਹਟਾ ਸੱਜਾ ਦਾ ਦਿਲ ਪਰਦਾਦਾਰ ਹਟੇ ਨਾ ਮਗਰ ਪਾਣੀ ਹੌਲੇ ਪਾਵੇ ਸੱਜਾ ਦੇ ਹੱਥ ਹੌਲੇ ਲਾਵੇ 1600 ਮੀਲ ਮੁਕਣ ਜਲੇ ਛੋੜ ਕੇ ਸ਼ਾਮ ਦੀ ਔਰਤ ਪਿਟੇਂਦੀ ਹੋਈ ਬਾਹਰ ਆਈਏ ਆਦੀ ਕੈਦੀ ਤੁਹਾਡੇ ਪਰਦਾਦਾਰਾਂ ਚੋਂ ਸਭ ਤੋਂ ਸਰਦਾਰ ਬੀਬੀ ਕਿਹੜੀ ਹੈ ਮਜ਼ਦੂਰਾਂ ਦੀ ਸੱਜਾਦ ਆਦੇ ਨੇ ਸਾਹਮਣੇ ਮੇਰੀ ਵੱਡੀ ਫੁੱਫੀ ਖੜੀ ਗਈ ਆਲੀ ਹਸੈਨ ਦੇ ਕੋਲ ਆਈਏ ਹੱਥ ਬੰਨ ਕੇ ਵੱਖਰਾ ਖਿਲ ਗਈ ਹੈ ਆਦੀ ਕਹਿ ਦੇਣ ਮੈਂ ਵੀ ਆ ਕੁਛ ਨਾ ਪੁੱਛਦੀ ਮੈਂ ਕੋ ਦੱਸਾਂ ਇਹ ਬੱਚੀ ਤੇਰੀ ਕਿ ਲੱਗਦੀ ਹੈ ਸੈਦੋ ਮਾਫੀ ਦੀ ਵਾਏ ਲੁਕਾ ਨਹੀਂ ਸਕਦਾ ਕਿਤਾਬ ਦਾ ਨਾਂ ਹੈ ਸਿਰਾਜੁਲ ਮਸਾਇਬ ਮਕਤਲ ਦੀ ਕਿਤਾਬ ਹੈ ਮੈਂ ਹੁਣੀ ਸਿਰਾਜ ਗਮ ਨਹੀਂ ਖਾ ਸਕਦਾ ਬੀਬੀ ਆਦੀ ਮੇਰੀ ਸੱਕੀ ਭਤਰੀ ਜੀ ਹੈ
شام دی عورت آدھی ہے میں کوڑا تیری بچی دی موت دی وجہ کے بی بی آدھی ہے بابے نال پیار آئے سال دے بعد بابے دا سار نٹھا تے پرداشت نہیں کر سنگی شام دی عورت آدھی ہے بی بی تو سہی سچا دیو مگر میں کوڑا سو جو بچی دے بدن تے نیلے داگ کیڑی شہر بی بی آدھی ہے جنہ دے شام ہے روزانہ بابے